20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਨੂੰ ਸ਼ਹੀਦ ਹੋਏ ਭਾਵੇਂ 32 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਅੱਜ ਵੀ ਸਿੱਖ ਮਾਨਸਿਕਤਾ ਨੂੰ ਤੁੰਬਣ ਵਾਲੀ ਜੇਕਰ ਕੋਈ ਸ਼ਖਸੀਅਤ ਹੈ ਤਾਂ ਉਹ ਸੰਤ ਜਰਨੈਲ ਸਿੰਘ ਹੀ ਹੈ। ਅਜੋਕੀ ਨੌਜਵਾਨ ਪੀੜ੍ਹੀ ਆਪਣੇ ਨਾਇਕ ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ ਆਪਣੇ ਨੇੜੇ ਰੱਖਣਾ ਚਾਹੁੰਦੀ ਹੈ, ਉਸ ਨਾਲ ਸੰਬੰਧਿਤ ਕਿਤਾਬਾਂ ਪੜ੍ਹ ਕੇ ਉਹਨਾਂ ਦੇ ਜੀਵਨ ਬਾਰੇ ਜਾਣਨਾ ਚਾਹੁੰਦੀ ਹੈ। ਅਸਲ 'ਚ ਸੰਤ ਜਰਨੈਲ ਸਿੰਘ ਨੂੰ ਪਹਿਲਾਂ ਤਾਂ ਵੇਖਣਾ ਪਊਗਾ ਕਿ ਲੋਕਾਂ ਦਾ ਨਜ਼ਰੀਆ ਕੀ ਆ ਵੇਖਣ ਦਾ। ਅਸੀਂ ਗੱਲ ਕਰਦੇ ਹਾਂ ਦਸਵੇਂ ਪਾਤਸ਼ਾਹ ਤੋਂ, ਦਸਵੇਂ ਪਾਤਸ਼ਾਹ ਦੀ ਬਣਾਈ ਹੋਈ ਟਕਸਾਲ ਜਿਹੜੀ ਮਤਲਬ ਕਿ ਅੱਗੇ ਪੀੜ੍ਹੀ ਦਰ ਪੀੜ੍ਹੀ ਚੱਲੀ ਆਉਂਦੀ ਆ, ਉਸ ਤਰੀਕੇ ਨਾਲ 14ਵੇਂ ਮੁਖੀ ਜਿਹੜੇ ਆ ਉਹ ਸੰਤ ਜਰਨੈਲ ਸਿੰਘ ਆ। ਜੇ ਅਸੀਂ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਨੂੰ ਵੇਖੀਏ, ਹਰੇਕ ਤਰ੍ਹਾਂ ਦੇ ਗੁਣ ਨੇ ਉਹਨਾਂ 'ਚ। ਇੱਕ ਸੰਤ ਵਾਲੇ ਨੇ, ਇੱਕ ਸਿਪਾਹੀ ਵਾਲੇ ਨੇ, ਇੱਕ ਜਿਵੇਂ ਕੁਰਬਾਨੀ ਵਾਲੇ ਨੇ, ਜੋਸ਼, ਜਜ਼ਬਾ, ਹਰੇਕ ਚੀਜ਼ ਜਿਹਨੂੰ ਅੱਜ ਦੀ ਭਾਸ਼ਾ 'ਚ ਕਹੀਏ ਇੱਕ ਕੰਪਲੀਟ ਪੈਕੇਜ ਨੇ ਉਹ। ਅਤੇ ਇਸ ਤਰੀਕੇ ਨਾਲ ਉਹਨਾਂ ਦੀ ਕੁਰਬਾਨੀ ਕਿਸ ਮਕਸਦ ਲਈ ਆ, ਇਹ ਸਾਡੇ ਪੰਜਾਬੀਆਂ ਦੇ ਲਈ ਮਤਲਬ ਕਿ ਬੜੀ ਵੱਡੀ ਮਾਣ ਵਾਲੀ ਗੱਲ ਆ। ਉਸ ਤਰੀਕੇ ਦੇ ਨਾਲ ਜਿਹੜੀ ਉਹਨਾਂ ਦੀ ਇਮੇਜ ਸਾਡੇ ਪੰਜਾਬੀਆਂ ਦੇ ਮਨ 'ਚ ਬਣ ਚੁੱਕੀ ਆ, ਸਾਡੇ ਮੇਰੇ ਖਿਆਲ ਨਾਲ ਜੇਕਰ ਗੁਰੂ ਤੋਂ ਬਾਅਦ ਜੇਕਰ ਕਿਸੇ ਦਾ ਕੋਈ ਸਿੱਖ ਦਾ ਸਤਿਕਾਰ ਕਰਦਾ ਆ ਬਾਬਾ ਦੀਪ ਸਿੰਘ ਹੋਣਾ ਤੋਂ ਬਾਅਦ, ਤਾਂ ਸੰਤ ਜਰਨੈਲ ਸਿੰਘ ਪਹਿਲੀ ਨਜ਼ਰ ਸਾਡੀ ਅੱਖਾਂ ਦੇ ਸਾਹਮਣੇ ਆ ਜਾਂਦੇ ਆ। ਇਹੀ ਕਾਰਨ ਆ ਕਿ ਅੱਜ ਯਾਦਗਾਰ ਵੀ ਬਣੀ ਆ ਇੱਥੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ, ਅਤੇ ਇਹੀ ਕਾਰਨ ਆ ਕਿ ਸੰਤਾਂ ਦੀ ਜਿਹੜੀ ਫੋਟੋ ਵੀ ਅਜਾਇਬ ਘਰ ਦੇ ਵਿੱਚ ਲੱਗੀ ਆ। ਅਤੇ ਅਸਲ 'ਚ ਜਿਹੜੀ ਚੀਜ਼ ਨੂੰ ਦਬਾਇਆ ਜਾਂਦਾ ਆ, ਇਹਨੂੰ ਦਬਾਇਆ ਗਿਆ, ਮੈਂ ਕਿ ਅਸੀਂ ਇਹਨਾਂ ਦਾ ਪ੍ਰਚਾਰ ਨਹੀਂ ਹੋਣ ਦੇਣਾ। ਕੋਈ ਸਮਾਂ ਸੀਗਾ ਜਦੋਂ ਇਹ ਫੋਟੋਆਂ ਜਿਹੜੀਆਂ ਜੇਬਾਂ ਦੇ ਵਿੱਚ ਚੋਰੀ ਲੋਕ ਰੱਖਦੇ ਸੀਗੇ ਜਾਂ ਆਪਣੇ ਘਰਾਂ 'ਚ ਲੁਕੋ ਕੇ ਰੱਖਦੇ ਸੀਗੇ। ਅਸਲ 'ਚ ਜਿਹੜੀ ਚੀਜ਼ ਨੂੰ ਜਿੰਨਾ ਇੱਥੇ ਦਬਾਇਆ ਜਾਂਦਾ, ਪੰਜਾਬ ਦੀ ਮਿੱਟੀ, ਪੰਜਾਬ ਦੀ ਨੌਜਵਾਨੀ ਇਹੋ ਜਿਹੀ ਆ, ਉਹ ਉੰਨਾ ਹੀ ਉੱਛਲ ਕੇ ਬਾਹਰ ਆਉਂਦੀ ਆ। ਅਸਲ 'ਚ ਇਹਨੂੰ ਦਬਾਇਆ ਗਿਆ ਇਸ ਤਰੀਕੇ ਨਾਲ। ਹੁਣ ਇਹ ਚੀਜ਼ਾਂ ਜਿਹੜਾ ਕੋਈ ਅੱਜ ਮੇਰੇ ਖਿਆਲ ਨਾਲ 90-92 ਦਾ 95 ਦਾ ਬੱਚਾ ਜਿਹੜਾ ਬਾਅਦ 'ਚ ਜਨਮ ਜਿਹਨੇ ਲਿਆ ਆ, ਉਹਨਾਂ ਦੇ ਦਿਮਾਗ ਦੇ ਉੱਤੇ ਵੀ ਸੰਤ ਜਰਨੈਲ ਸਿੰਘ ਬੜੇ ਵਧੀਆ ਤਰੀਕੇ ਨਾਲ ਛਾਪ ਛੱਡੀ ਆ, ਅਤੇ ਉਹਨਾਂ ਦੇ ਦਿਮਾਗ 'ਤੇ ਵੀ ਪੂਰਾ ਪ੍ਰਭਾਵ ਰੱਖਦੇ ਆ। ਇਹੀ ਕਾਰਨ ਆ ਸੰਤ ਜਰਨੈਲ ਸਿੰਘ ਜਿਹੜੇ ਆ ਵੀ ਉਹਨਾਂ ਦੀ ਅੱਜ ਤਸਵੀਰ ਲੋਕਾਂ ਦੇ ਮਨਾਂ ਦੇ ਉੱਤੇ ਰਾਜ ਕਰਦੀ ਆ। ਉਹਨਾਂ ਦੀ ਹਰੇਕ ਤਰੀਕੇ ਨਾਲ ਜਿਹੜੀ ਤਸਵੀਰ ਆ ਉਹ ਲਾਈ ਜਾਂਦੀ ਹੈ, ਈਵਨ ਲੋਕਾਂ ਨੇ ਪਹਿਨਾਂ 'ਤੇ ਵੀ ਲਾਈ ਆ, ਟੀ ਸ਼ਰਟਸਾਂ 'ਤੇ ਆਮ ਆ, ਬੁੱਕਸ ਵਗੈਰੇ, ਕੈਲੰਡਰ ਨੇ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ। ਬਿਊਰੋ ਰਿਪੋਰਟ, ਪੰਜਾਬ ਨਾਓ।